हेलो जी, सत श्री अकाल। मैं जल्दी जल्दी दे विच तैयार होया। अज दा जिहड़ा ब्लॉग आ बड़ा खतरनाक होण वाला। इहदा रीज़न की आ? अज उह काम हो रहा जिहड़ा भाबी ने कदे कीता ही नहीं। किहड़ा काम नहीं कीता? कदे स्कूटरी नहीं चलाई, कदे गड्डी नहीं चलाई, साइकिल दा मैनूं पता नहीं। ते बाकी आपां अगे जा के देखदे आ कि थले माहौल की चलदा पिया। हुण मैं मैनूं पता, मैं ब्लॉग कढ रहा। थले पूड़ियां उतर चुकियां ने। ਕੀ ਹੋ ਰਿਹਾ ਕੀ ਹੋ ਰਿਹਾ? ਬਸ 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 ਇੱਧਰ ਨੂੰ ਲੈ ਕੇ ਆ। ਮੈਂ ਬੈਕ ਕੈਮਰਾ ਕਰਦਾ। ਚਲੋ ਨਾ ਵੀਡੀਓ ਤੇ ਬਣਾਉਂਗਾ। ਫਸੀ ਗਈ ਆ। ਫਸੀ ਕਿਉਂ ਗਈ ਆ? ਤੇ ਤੁਸੀਂ ਤਾਂ ਸਟੈਂਡ ਨਹੀਂ ਲਾਉਣੇ ਸੀ, ਰੋਕ ਤਾਂ ਲਈ ਸੀਗੀ। ਮੈਨੂੰ ਲਾਈਟ ਛੱਡੀ। ਲਾਈਟ ਹੁਣ ਮੈਂ ਇਹਦੇ ਤੇ ਕਿਵੇਂ ਛੱਡਾਂ? ਪਹਿਲਾਂ ਮੈਨੂੰ ਇਹ ਦੱਸੋ ਭਾਬੀ, ਤੁਸੀਂ ਕਦੇ ਐਕਟੀਵਾ ਚਲਾਈ ਅੱਜ ਤੱਕ? ਕਦੇ ਵੀ ਨਹੀਂ। ਤੇ ਕਿਹੜਾ ਕੰਮ ਫੜਿਆ ਜਿਹੜਾ ਕਦੇ ਕੀਤਾ ਹੀ ਨਹੀਂ? ਆ ਵੀਡੀਓ ਦਾ ਕੰਮ ਵੀ ਤਾਂ ਕਦੇ ਕੀਤਾ ਨਹੀਂ ਸੀ। ਮਤਲਬ ਤੁਸੀਂ ਕੀ ਕਹਿੰਦੇ ਹੁਣ ਭਾਬੀ ਪਹਿਲੀ ਵਾਰ ਐਕਟਿਵਾ ਚਲਾ ਰਹੇ ਤਾਂ ਠੋਕੇ? ਨਹੀਂ ਠੋਕਦੇ, ਮੈਨੂੰ ਪਤਾ, ਮੈਨੂੰ ਭਰੋਸਾ ਹੈ ਤੇ ਆ ਲੈ ਲਓ ਭਰੋਸਾ ਤੁਹਾਡਾ। ਇਹ ਚੱਲੀ ਸੈਲਫ ਸਟਾਰਟ ਆ, ਇਹ ਨਹੀਂ ਚੱਲੀ। ਇਹਨੂੰ ਦੱਬ ਕੇ ਚੱਲਦਾ ਹੁੰਦਾ, ਇਹਨੂੰ ਦੱਬ ਨਾ। ਹਾਂ ਦੱਬ, ਦੱਬੋ ਨੂੰ ਦੱਬਿਆ ਨਾ। ਚਲੋ ਤੁਸੀਂ ਵੀਡੀਓ ਬਣਾਓ, ਆਪਾਂ ਦੇਖਦੇ ਆ ਕਹਾਂਗੇ ਵੀਡੀਓ ਕਿੱਦਾਂ ਕਿੱਦਾਂ ਬਣਾਉਂਦੇ ਆ। ਮੇਰੀ ਹੈਲਪ ਦੀ ਲੋੜ ਹੈਗੀ ਕਿ ਨਹੀਂ? ਲਓ ਜੀ, ਹੁਣ ਵੀਡੀਓ ਦਾ ਸ਼ਾਰਟ ਦੁਬਾਰਾ ਲੈਣ ਲੱਗੇ ਨੇ ਵੀਰਾ। ਐਕਟਿਵਾ ਮੋੜ ਕੇ ਪਤਾ ਨਹੀਂ ਕਿਹੜੇ ਮੋੜ ਤੇ ਛੱਡ ਕੇ ਹੋਊਗਾ ਤੇ ਕਿਹੜੇ ਮੋੜ ਤੋਂ ਭਾਬੀ ਨੇ ਐਕਟਿਵਾ ਲੈ ਕੇ ਆਉਣੀ ਹੈ ਵਾਪਸ। ਹੋਪ ਸੋ ਸਭ ਕੁਛ ਠੀਕ ਰਹੇ। ਭਾਬੀ ਦਾ ਪਤਾ ਨਹੀਂ, ਮੈਨੂੰ ਡਰ ਲੱਗਦਾ ਵੀਰੇ ਹੀ ਨਾ ਕਿਤੇ ਮਾਰ ਦੇਵੇ ਐਕਟਿਵਾ। ਹਾਂ ਸਹੀ ਆ ਸਹੀ ਆ। ਭਾਬੀ ਧਿਆਨ ਨਾਲ, ਸ਼ਟਰ ਨਵਾਂ ਹੀ ਪਵਾਇਆ। ਸ਼ਟਰ ਦੁਬਾਰਾ ਪੈ ਜੂ ਪਰ ਗੋਡੇ ਨਹੀਂ ਪੈਣੇ। ਹੁਣ ਕਈਆਂ ਦਾ ਕਮੈਂਟ ਹੋਊਗਾ ਗੋਡੇ ਵੀ ਪੈ ਜਾਂਦੇ ਨੇ, ਪਰ ਉਹ ਗੱਲ ਨਹੀਂ ਨਾ ਬਣਦੀ। ਲਓ ਜੀ, ਵੀਰਾ ਭਾਬੀ ਨੂੰ ਛੱਡ ਕੇ ਆ ਰਿਹਾ। ਆ ਰਹੀ ਹੈ ਗਦਰ ਫੀਲਿੰਗ। ਧਿਆਨ ਸੀ ਰੈਡੀ, ਚਲ 1 2 3 ਐਕਸ਼ਨ। ਨਹੀਂ, ਸ਼ਾਰਟ ਸਹੀ ਸੀਗਾ। ਜਿਹੜੀ ਤੁਸੀਂ ਬ੍ਰੇਕ ਮਾਰ ਕੇ ਕੈਮਰੇ ਵੱਲ ਦੇਖ ਕੇ ਹੱਸ ਪਏ ਨਾ, ਉਹ ਸਹੀ ਨਹੀਂ ਹੋਇਆ। ਚਲੋ ਵੀ ਛੱਡ ਕੇ ਆਓ ਜਿਹੜਾ ਕੋਈ ਕੰਮ ਕਦੇ ਕੀਤਾ ਨੀਗਾ।
ਵੀ ਮੇਰੇ ਹਿਸਾਬ ਨਾਲ ਇੱਕ ਟੇਕ ਪਹਿਲਾਂ ਲਿੱਤਾ ਇੱਕ ਟੇਕ ਬਾਅਦ ਲਿੱਤਾ ਇੱਕ ਟੇਕ ਹੋਣ ਲੱਗਾ ਟੇਕ 3 ਵੀਡੀਓ ਨਾਮ ਪਤਾ ਨਹੀਂ ਇੱਧਰ ਨਾ ਦੇਖੀ ਅੱਛਾ ਇੱਧਰ ਨਾ ਲੇਖਾਂ ਕੈਮਰੇ ਵਾਲਾ ਟੈਂ ਟੈਂ ਇਹ ਕਿੰਨਾ ਤੀਜਾ ਟੇਕ ਆ ਤੀਜਾ ਦੇਖਿਆ ਕਿਹਾ ਸੀ ਨਾ ਤੀਜਾ ਟੇਕ ਆ ਸ਼ਾਰਟ ਤਾਂ ਮੈਨੂੰ ਮਿਲ ਗਿਆ ਹਾਂ ਹੁਣ ਸਵਾਦ ਲੈ ਰਹੇ ਹੋ ਸਵਾਦ ਲੈ ਰਹੇ ਡਨ ਰੈਡੀ ਆਜੋ ਸੋਰੀ ਟੂ ਸੇ ਮੇਰੀ ਵੀਡੀਓ ਬੰਦ ਹੋ ਗਈ ਸੀਗੀ ਬਿਕੋਜ਼ ਮੇਰੇ ਮੋਬਾਈਲ ਦੀ ਬੈਟ ਜਿਹੜੇ ਸਟੋਰੇਜ ਸੀਗੀ ਉਹ ਫੁੱਲ ਹੋ ਗਈ ਸੀ ਬਸ ਲੋ ਵੀ ਹੁਣ ਆਪਾਂ ਭਾਬੀ ਦੇ ਰਿਵਿਊ ਲੈਂਦੇ ਹਾਂ ਕਿ ਭਾਬੀ ਜੀ ਨੇ ਪਹਿਲੀ ਵਾਰ ਐਕਟਿਵਾ ਚਲਾਈ ਆ ਉਹ ਮੈਂ ਲੋਕ ਦੁਆਰਾ ਲਾ ਦਿੰਦਾ ਭਾਬੀ ਚਲਾਈ ਆ ਲੋਕ ਖੁੱਲਾ ਛੱਡਤਾ ਨੇ ਸੋ ਤੁਸੀਂ ਪਹਿਲੀ ਵਾਰ ਐਕਟਿਵਾ ਚਲਾਈ ਆ ਤਾਂ ਤੁਸੀਂ ਪਹਿਲੀ ਵਾਰ ਹੀ ਸੱਦਾ ਦਿੰਦਾ ਚੋਰਾਂ ਨੂੰ ਕਿ ਸਾਡੀ ਐਕਟਿਵਾ ਲੋਕ ਖੁੱਲਾ ਆ ਤੇ ਤੁਸੀਂ ਆ ਕੇ ਮੇਰੇ ਕੋਲ ਆ ਕੇ ਮੈਂ ਲੈ ਜੂਗਾ ਇਹ ਮੇਰਾ ਆ ਰਿਹਾ ਉੱਪਰ ਆ ਕੇ ਕੋਹ ਚਾਬੀ ਮੇਰੇ ਕੋਲ ਆ ਗਈ ਚਾਬੀ ਤਾਂ ਮੇਰੇ ਕੋਲ ਆ ਐਂ ਕਿਵੇਂ ਕੋਈ ਲੈ ਜੂਗਾ ਤੇ ਲੋਕ ਤਾਂ ਖੁੱਲਾ ਰੋੜ ਕੇ ਲੈ ਜੂਗਾ ਅਗਲਾ ਅੱਜ ਕੱਲ ਤਾਂ ਚੋਰ ਗੱਡੀ ਨੀ ਛੱਡਦੇ ਤੁਸੀਂ ਐਕਟਿਵਾ ਖੁੱਲੀ ਛੱਡੀ ਹੋਈ ਆ ਸੋ ਮੈਨੂੰ ਇਹ ਭਾਬੀ ਇੱਕ ਗੱਲ ਦੱਸੋ ਤੁਹਾਡਾ ਕੀ ਐਕਸਪੀਰੀਅੰਸ ਗਿਆ ਤੁਸੀਂ ਐਕਟਿਵਾ ਪਹਿਲੀ ਵਾਰ ਚਲਾਈ ਆ ਐਕਸਪੀਰੀਅੰਸ ਮੇਰਾ ਵੈਸੇ ਬਹੁਤ ਵਧੀਆ ਮੈਂ ਅੰਦਰੋਂ ਦਿਲੋਂ ਸਿੱਖਣਾ ਚਾਹੁੰਦੀ ਹਾਂ ਮੈਨੂੰ ਹੁਣ ਇਸ ਟਾਈਮ ਆਪ ਨੂੰ ਹੁੰਦਾ ਵੀ ਮੈਂ ਸਿੱਖਾਂ ਪਰ ਜਿਹੜਾ ਡਰ ਆ ਨਾ ਉਹ ਨਿਕਲਣਾ ਨਹੀਂ ਕੀ ਕਰਾਂ ਮੈਂ ਇਹ ਦਿਲੋਂ ਸਿੱਖਣਾ ਚਾਹੁੰਦੇ ਹੋ ਪਰ ਤੁਸੀਂ ਸਿੱਖਦੇ ਨਹੀਂ ਵੇ ਕਿਉਂ ਡਰ ਨਹੀਂ ਨਾ ਨਿਕਲ ਰਿਹਾ ਡਰ ਕੇ ਆਗੇ ਜੀਤ ਇੱਕ ਤਾਂ ਇੰਨੀਆਂ ਗਲੀਆਂ ਆਈਆਂ ਨੇ ਇਹ ਨਹੀਂ ਪਤਾ ਲੱਗਦਾ ਕਿਹੜੇ ਪਾਸੇ ਕਿਹੜਾ ਬੰਦਾ ਆ ਜਾਵੇ ਉਹ ਤਾਂ ਤੁਸੀਂ ਗਲੀ 'ਚ ਸ਼ੁਰੂ ਤੋਂ ਨਹੀਂ ਰਹੇ ਮੇਰਾ ਰੋਡ ਤੇ ਘਰ ਸੀ ਓਏ ਹੋਏ 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 ਇਹ ਸਾਈਕਲ ਹੀ ਚਲਾਉਣਾ ਜਾਣਦੀ ਆ ਤੁਸੀਂ ਸਾਈਕਲ ਚਲਾਇਆ ਕਦੇ ਬਹੁਤ ਤੇ ਸਾਈਕਲ ਦੇ ਐਕਟਿਵ 'ਚ ਫਰਕ ਕੀ ਆ ਦੇਖਣਾ ਅਗਲੇ ਬਲੌਕ 'ਚ ਇਹ ਦੇਖਣ ਨੂੰ ਮਿਲੂਗਾ ਕਿ ਭਾਬੀ ਐਕਟਿਵ ਸਿੱਖ ਸਕਦੇ ਆ ਕਿ ਨਹੀਂ ਔਖਾ ਦੇਖਿਆ ਸਿੱਖ ਗਈ ਬਹੁਤ ਵਧੀਆ ਜੇ ਨਾ ਸਿੱਖੀ ਇਹਨੇ ਭੰਨਤੀ ਹੋਈ ਐਕਟਿਵ ਫਿਰ ਆਪਾਂ ਉਹ ਭੰਨੀ ਹੋਈ ਦਿਖਾ ਦਾਂਗੇ ਨਹੀਂ ਤਾਂ ਸਿੱਖ ਜਾਏਗੀ ਨਹੀਂ ਸਿੱਖ ਜੂਗੀ ਯਾਰ ਮੇਰੀ ਘਰ ਵਾਲੀ ਗਾਹਾਂ ਇਹ ਦਲ ਦਿਮਾਗ ਆ ਇਹ ਬੇਵਕੂਫ ਆ ਹੁਣ ਤੱਕ ਨਹੀਂ ਇਹ ਇਹ ਪਾਗਲ ਆ ਇਹ ਪੁੱਛ ਰਹੇ ਹੋ ਦੱਸ ਰਹੇ ਹੋ ਇਹਨੂੰ ਅਕਲ ਨਹੀਂ ਦੱਸਾਂ ਬਰਾ ਨਹੀਂ ਮੈਂ ਤਾਂ ਕਹਿ ਰਿਹਾ ਚਲੋ ਜੀ ਏਦਾਂ ਹੀ ਅਸੀਂ ਬਲੌਗ ਲੈ ਕੇ ਅੰਦਰ ਆਵਾਂਗੇ ਛੋਟੇ ਛੋਟੇ ਤੁਸੀਂ ਸਾਰੇ ਨੇ ਸਾਡੇ ਨਾਲ ਸਟੇਟੂ ਬਣਾਉਣਾ ਏਦਾਂ ਬਣੇ ਰਹੋ ਪਿਆਰ ਦਿੰਦੇ ਰਹੋ ਹੱਸਦੇ ਰਹੋ ਵੱਸਦੇ ਰਹੋ ਨੱਚਦੇ ਰਹੋ ਟੱਪਦੇ ਰਹੋ ਲਵ ਯੂ ਆ ਸਾਰਿਆਂ ਨੂੰ ਤੇ ਫਿਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਟਾਈਮ ਦੇਖੀ ਹੋ ਗਿਆ ਵੀਡੀਓ ਬਣਾ ਲੈਂਦੇ ਚਲੋ ਜੀ ਲਵ ਯੂ ਆ